ਨਿਸ਼ਾਨਾ ਬਣਾਇਆ ਹੈਗਾ ਕਿ ਅੱਜ ਸਾਡੇ ਹਿੰਦੁਸਤਾਨ ਜਿਹੜਾ ਦੁਨੀਆ ਤੋਂ ਸਭ ਤੋਂ ਨੌਜਵਾਨਾਂ ਦਾ ਦੇਸ਼ ਹੈਗਾ, ਕਿਉਂਕਿ
ਪੈਂਹਠ ਫੀਸਦੀ ਲੋਕ 35 ਸਾਲ ਦੀ ਉਮਰ ਤੋਂ ਘੱਟ ਹੈ, 50% ਦੀ ਆਬਾਦੀ 25 ਸਾਲ ਤੋਂ ਘੱਟ ਹੈ। ਅਤੇ ਇਹੋ ਜਿਹੇ ਜਿਹੜਾ ਸਾਡਾ ਡੈਮੋਗ੍ਰਾਫਿਕ ਡਿਵੀਡੈਂਡ, ਜੇ ਅਸੀਂ ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਪੋਜ਼ਿਟਿਵ ਕਰਨਾ ਹੈ, ਫਿਰ ਇਸ ਨੌਜਵਾਨ ਪੀੜ੍ਹੀ ਨੂੰ ਜੇ ਉਹਨਾਂ ਦੇ ਹੱਥ 'ਚ ਹੁਨਰ ਹੋਏ, ਸਕਿੱਲ ਹੋਏ, ਦੇਸ਼ ਵਾਸਤੇ ਬਹੁਤ ਵੱਡੀ ਐਸੈਟ ਬਣ ਸਕਦੇ ਨੇ। ਲੇਕਿਨ ਜੇ ਅਨਸਕਿੱਲਡ ਹੋਣ ਤਾਂ ਬਹੁਤ ਵੱਡੀ ਲਾਇਬਿਲਿਟੀ ਵੀ ਬਣ ਸਕਦੇ ਨੇ। ਸੋ ਕਈ ਤਰ੍ਹਾਂ ਦੀ ਸਕੀਮਾਂ ਜਿੱਥੇ ਸਕਿੱਲ ਇੰਡੀਆ, ਸਟੈਂਡ ਅਪ ਇੰਡੀਆ, ਡਿਜੀਟਲ ਇੰਡੀਆ, ਸਟਾਰਟਅਪ ਇੰਡੀਆ, ਬਹੁਤ ਕੁਛ ਪ੍ਰਧਾਨ ਮੰਤਰੀ ਸਾਹਿਬ ਨੇ ਕੀਤਾ। ਅਤੇ ਸਕਿੱਲ ਇੰਡੀਆ ਦੇ ਅੰਦਰ ਇੱਕ ਨਵਾਂ ਇਹ ਜਿਹੜਾ ਸ਼ੁਰੂਆਤ ਕੀਤੀ ਜਾ ਰਹੀ ਹੈ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਕੇਂਦਰ ਜਿਹੜੇ ਖੋਲ੍ਹੇ ਜਾ ਰਹੇ ਨੇ, 12,000 ਕਰੋੜ ਦਾ ਇਹਦਾ ਬਜਟਰੀ ਪ੍ਰੋਵਿਜ਼ਨ ਕਰਕੇ ਅਗਲੇ ਕੁਝ ਸਾਲਾਂ 'ਚ 1 ਕਰੋੜ, 2-3 ਸਾਲਾਂ 'ਚ 1 ਕਰੋੜ ਨੌਜਵਾਨਾਂ ਨੂੰ ਸਕਿੱਲ ਕਰਨ ਦਾ। ਅਤੇ ਇਹੋ ਜਿਹੇ ਕੇਂਦਰ 600 ਡਿਸਟ੍ਰਿਕਟਸ 'ਚ ਖੋਲ੍ਹੇ ਗਏ ਨੇ, 600 ਇਹੋ ਜਿਹੇ ਕੇਂਦਰ ਖੋਲ੍ਹੇ ਜਾਣਗੇ। ਤੁਸੀਂ ਦੇਖਿਆ ਇੱਥੇ ਅੱਡ ਅੱਡ ਚੀਜ਼ਾਂ ਸਿਖਾਈਆਂ ਜਾ ਰਹੀਆਂ ਨੇ, ਮਾਈਕਰੋ ਇਰੀਗੇਸ਼ਨ ਕਿਵੇਂ ਕਰਨਾ ਹੈ, ਜਿਹੜੇ ਘਰੇਲੂ ਆਮ ਤੌਰ ਦੇ ਮਿਕਸੀ ਹੁੰਦੀ ਨੇ, ਛੋਟੀ ਛੋਟੀ ਗੈਜਟਸ ਹੁੰਦੀ, ਉਹਨਾਂ ਦੀ ਰਿਪੇਅਰ ਕਿਵੇਂ ਕਰਨੀ ਹੈ, ਇੱਥੇ ਹੇਅਰ ਸਟਾਈਲਿੰਗ ਦੀ ਐਕਸਪਰਟੀਜ਼ ਹੁੰਦੀ ਹੈ। ਅਤੇ ਇੱਥੇ ਜਿਹੜਾ ਬਠਿੰਡਾ 'ਚ ਇਹ ਸੈਂਟਰ ਇਹ ਖੁੱਲ੍ਹਿਆ ਹੈਗਾ, ਇੱਥੇ ਵੈਲਡਿੰਗ ਵੀ ਹੈਗੀ, ਹੋਮ ਅਪਲਾਇੰਸ, ਇਹ ਸਾਰੀ ਚੀਜ਼ਾਂ। ਤਕਰੀਬਨ 1,000 ਬੱਚੇ ਹਰ ਸਾਲ, ਹਰ 3 ਮਹੀਨੇ 250 ਬੱਚਿਆਂ ਦੀ ਬੈਚ ਲਿੱਤਾ ਜਾਊਗਾ, ਉਹਨਾਂ ਨੂੰ ਟ੍ਰੇਨਿੰਗ ਦੇ ਕੇ, ਉਹਨਾਂ ਨੂੰ ਸਰਟੀਫਿਕੇਟ ਦੇ ਕੇ, ਉਹਨਾਂ ਦੇ ਰੋਜ਼ਗਾਰ ਦੇ ਸਾਧਨ ਜਾਂ ਆਪਣੇ ਪੈਰਾਂ 'ਚ ਖੜ੍ਹੇ ਹੋ ਜਾਣ ਜਾਂ ਨੌਕਰੀ ਮਿਲ ਜਾਏ। ਸੋ ਮੈਂ ਸਮਝਦੀ ਹਾਂ ਕਿ ਇਸ ਇਲਾਕੇ 'ਤੇ ਸਾਡੇ ਨੌਜਵਾਨਾਂ ਵਾਸਤੇ ਇੱਕ ਬਹੁਤ ਵੱਡੀ ਦੇਣ, ਜਿੱਥੇ 10ਵੀਂ ਪਾਸ ਤੋਂ ਲੈ ਕੇ ਬੱਚਾ ਆਪਣੇ ਘਰ ਵਿਹਲਾ ਬੈਠਣ ਦੇ ਬਜਾਏ ਹੁਣ ਉਹ ਕਮਾਊ ਬਣ ਸਕਦਾ ਹੈ। ਸੋ ਹਮੇਸ਼ਾ ਮੈਂ ਕਹਿੰਦੀ ਰਹਾਂ, ਮੈਂ ਆਪ ਇੱਕ ਇਹੋ ਜਿਹੀ ਚੀਜ਼ ਦੀ ਪ੍ਰੋਡਕਟ ਹਾਂ ਕਿ ਸਕਿੱਲ ਤੁਹਾਡੇ ਕੋਲ ਹੋਏ ਤਾਂ ਤੁਸੀਂ ਕਮਾਊ ਬਣ ਸਕਦੇ ਹੋ। ਅਤੇ ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੀ ਹਾਂ ਕਿ ਜਿਸ ਨੌਜਵਾਨ ਦੇ ਹੱਥ ਵਿੱਚ ਹੁਨਰ ਹੋਏ, ਉਹ ਉਹਨੂੰ ਇੱਕ ਰੋਜ਼ੀ ਆਪਣੇ ਆਪ ਹੀ ਬਣਾ ਲੂਗਾ। ਸੋ ਬਹੁਤ ਵੱਡੀ ਦੇਣ, ਪ੍ਰਧਾਨ ਮੰਤਰੀ ਜੀ ਦਾ ਸ਼ੁਕਰਾਨਾ ਕਰਦੇ ਹਾਂ ਕਿ ਮੇਰੇ ਕੌਨਸਟੀਟਿਊਂਸੀ 'ਚ ਪਹਿਲਾਂ ਵਾਲਾ ਬਠਿੰਡੇ ਜ਼ਿਲ੍ਹੇ 'ਚ, ਹੁਣ ਇਹਦੇ ਬਾਅਦ ਮਾਨਸੇ 'ਚ ਖੋਲ੍ਹਿਆ ਜਾਊਗਾ, ਇਸੇ ਤਰ੍ਹਾਂ ਸੰਗਰੂਰ 'ਚ, ਬਰਨਾਲੇ 'ਚ, ਪਟਿਆਲੇ 'ਚ, 5 ਇਹੋ ਜਿਹੇ ਸੈਂਟਰ ਮੋਦੀ ਸਾਹਿਬ ਨੇ ਸਾਡੇ ਪੰਜਾਬ ਨੂੰ ਦਿੱਤੇ ਨੇ। ਅਤੇ ਮਲਟੀ ਸਕਿੱਲ ਸੈਂਟਰ ਦਿੱਤਾ ਸੀਗਾ, ਜਿਹੜਾ ਬਿਲਡਿੰਗ ਵੀ ਮੈਂ ਤਿਆਰ ਕਰਤੀ ਸੀ, ਲੇਕਿਨ ਸੂਬੇ ਦੀ ਸਰਕਾਰ ਨੇ ਅਜੇ ਤਾਈਂ ਉਹਨੂੰ ਚਲਾਇਆ ਨਹੀਂ ਹੈਗਾ। ਅਸੀਂ ਇੱਕ ਹੋਰ ਸਕੀਮ ਦੇ ਅੰਡਰ ਇਹ ਸਕਿੱਲ ਸੈਂਟਰ ਸ਼ੁਰੂ ਕਰਤੇ ਨੇ। ਤੁਸੀਂ ਬਹੁਤ ਹੀ ਤੇਜ਼ 'ਚ ਜਲਦੀ ਦੇਖੋਗੇ ਕਿ ਬਠਿੰਡੇ ਦੇ ਲੋਕਾਂ ਨੂੰ ਹੁਣ ਘਰ 'ਚ ਭਾਵੇਂ ਮਿਕਸੀ ਜਾਂ ਕੋਈ ਗੈਜਟ ਖਰਾਬ ਹੋ ਜਾਏ, ਬਸ ਇੱਥੇ ਫੋਨ ਕਰਕੇ ਵਧੀਆ ਟੈਕਨੀਸ਼ੀਅਨ ਤੁਹਾਡੇ ਕੋਲ ਪਹੁੰਚੂਗਾ। ਜੇ ਸਾਡੀ ਭੈਣਾਂ ਨੇ ਆਪਣੇ ਹੇਅਰ ਸਟਾਈਲ ਕਰਾਉਣੇ ਤਾਂ ਵੱਡੀਆਂ ਐਕਸਪਰਟ ਹੇਅਰ ਸਟਾਈਲਿਸਟ ਵੀ ਇੱਥੇ ਹੋਣਗੇ। ਕਿਸਾਨਾਂ ਵਾਸਤੇ ਜਿੱਥੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈਗੀ, ਮਾਈਕਰੋ ਇਰੀਗੇਸ਼ਨ ਦੇ ਬਾਰੇ ਸਿੱਖ ਕੇ ਜਿੱਥੇ ਫਲ ਸਬਜ਼ੀਆਂ ਹੁੰਦੇ ਨੇ, ਉੱਥੇ ਆਪਾਂ ਇਹਨਾਂ ਚੀਜ਼ਾਂ ਦੇ ਨਾਲ ਆਪਣੀ ਪਾਣੀ ਦੀ ਵਰਤੋਂ ਵੀ ਘਟਾ ਸਕਦੇ ਹਾਂ। ਸੋ ਇਹੋ ਜਿਹੇ ਕੋਰਸਿਸ ਜਿਹੜੇ ਬਹੁਤ ਵਧੀਆ ਹੋਣਗੇ। ਮੇਰੇ ਮੰਤਰਾਲੇ ਵੱਲੋਂ ਵੀ ਕੁਛ ਮਹੀਨੇ ਪਹਿਲੇ ਹੀ IIFPT ਦਾ ਸਕਿੱਲ ਟ੍ਰੇਨਿੰਗ ਸੈਂਟਰ ਖੋਲ੍ਹਿਆ ਗਿਆ, ਉੱਥੇ ਇੰਨੀ ਡਿਮਾਂਡ ਹੋਈ ਕਿ ਅਗਲੇ 3 ਮਹੀਨੇ ਦੇ ਪੂਰੇ ਬੈਚਸ ਪਹਿਲੇ ਦਿਨ 'ਚ ਹੀ ਬਲੌਕ ਹੋ ਗਏ। ਤਾਂ ਇਹ ਬਿਲਕੁਲ ਇਹਦਾ ਸੰਕੇਤ ਹੈ ਕਿ ਸਕਿੱਲ ਦੀ ਕਿੰਨੀ ਡਿਮਾਂਡ ਹੈ ਅਤੇ ਕਿੰਨੀ ਲੋੜ ਹੈ, ਜਿਹਦੇ ਨਾਲ ਲੋਕਾਂ ਨੂੰ ਵੀ ਫਾਇਦਾ ਅਤੇ ਸਭ ਤੋਂ ਵੱਡਾ ਫਾਇਦਾ ਨੌਜਵਾਨਾਂ ਨੂੰ ਹੋਊਗਾ। There is a prevailing system since decades. I mean, in the public sector, there are ITIs, polytechnics and other technical education are being provided in these, which is a prevailing system. Constitutionally, it's a right of the people to attain education, technical education also through these public sector institutions. Now, is it this can be just a boost, but when it comes to the role of the prevailing system, that is the public sector, what is your take on that? Why is it coming down? Is it on the decline? And how it can be improved? Is it not meeting the expectations of the present times that such things are now needed?
आई थिंक विद द काइंड ऑफ पॉपुलेशन दैट वी हैव एंड 1.3 बिलियन पीपल and 50% of that under the age of 25, every year millions of youth coming out from education into the market, obviously there is a shortage and that's why more is required. The difference of this Kaushal Vikas Kendra is that here you are going to be assured that you are either self-employable or you are employed somewhere. So this is a totally different model, and as you know that the kind of numbers of people that we have, we need many more such institutions. But this is the one institution in each district in Punjab? Just one institution? This is a pilot project which has been started by the Honorable Prime Minister in 600 districts. This is the first time they're being inaugurated. So today is the inauguration day. I have got one in Bathinda, I have got one in Mansa. Total of 5 have been allotted for Punjab. Five. Sangrur, Patiala, Barnala, Mansa and Bathinda. Right. So this is of the first 600 districts where it has been started, but every year the number is going at to increase. At other places it has been started already? No, today it's being launched all India. Across the nation? Across the nation. Today is the launch. I have come for the launch in my own constituency. Then what do you have to say on the omission of Sikh history by the Punjab government? So I think there is a lot to be said on that, but we can say it after the program. At the moment, let's concentrate on that how the present government who said they were going to give har ghar naukri, and 15 months have gone, there's no question of even one ghar getting a naukri besides their own near and dear ones, and here is a prime minister who's sitting in Delhi is launching to ensure that youngsters in this area become self-reliant or they become ready for a job market. So we are skilling them to give them a skill with which they can stand on their own feet and start earning. So I think that Congress ne ek nat election ye vaada kitte vi smartphone ditte jaange te karja maaf ho jayega. Dekho ek Congress di sarkar nu Punjab da jhooth da model inna jachya ki jhooth maar ke Punjab di janta nu karza kurki maaf ਅਤੇ ਹਰ ਘਰ ਨੌਕਰੀ ਮੋਬਾਈਲ ਫੋਨ ਅਤੇ ਇਹੋ ਜਿਹੀ ਵੱਡੀ ਗਿਣਤੀ ਨਾਲ ਸਰਕਾਰ ਬਣ ਗਈ ਅਤੇ ਰਾਹੁਲ ਗਾਂਧੀ ਨੇ ਸੋਚਿਆ ਤਾਂ ਫਾਰਮੂਲਾ ਹੀ ਬਹੁਤ ਵਧੀਆ ਹੈ। ਹੁਣ ਆਹੀ ਮੈਨੀਫੈਸਟੋ ਨੂੰ ਚੱਟ ਕੇ ਚਪੇਟਤਾ ਉੱਥੇ ਕਰਨਾਟਕਾ 'ਚ, ਅਤੇ ਰਾਹੁਲ ਗਾਂਧੀ ਉਹੀ ਚੀਜ਼ਾਂ ਕਰਨਾਟਕ ਦੀ ਜਨਤਾ ਨੂੰ ਵੀ ਕਹਿ ਰਿਹਾ। ਨੌਜਵਾਨਾਂ ਨੂੰ ਸਮਾਰਟਫੋਨ ਦਿੱਤੇ ਜਾਣਗੇ, ਕਰਜ਼ੇ ਕਿਸਾਨਾਂ ਦੇ ਮਾਫ਼ ਕੀਤੇ ਜਾਣਗੇ। ਅਤੇ ਮੈਂ ਤਾਂ ਅੱਜ ਟਵੀਟ ਕਰਕੇ ਪੁੱਛਿਆ ਕਿ ਪੰਜਾਬ ਦੀ ਜਨਤਾ ਤਾਂ 15 ਮਹੀਨੇ ਦੇ 400 ਕਿਸਾਨਾਂ ਨੇ ਖੁਦਕੁਸ਼ੀ ਕਰਤੀ ਕਰਜ਼ਿਆਂ ਵਾਸਤੇ, ਹੁਣ ਤਾਂ ਬੈਂਕ ਵਾਲੇ ਕੁੜਕੀ ਵਾਸਤੇ, ਜਿਹੜਾ ਤੁਸੀਂ ਕਹਿੰਦੇ ਸੀ ਕੁੜਕੀ ਮਾਫ਼, ਉਹ ਤਾਂ ਕੁੜਕੀ ਕਰਕੇ ਨਿਲਾਮੀ ਹੋ ਰਹੀ ਹੈਗੀ। ਨੌਜਵਾਨ ਆਪਣੇ ਮੋਬਾਈਲ ਫੋਨ ਦਾ 15 ਮਹੀਨੇ ਦਾ ਵੇਟ ਕਰ ਰਿਹਾ, ਅਤੇ ਇੱਥੇ ਤਾਂ ਪੂਰੇ ਕਰ ਦਿਓ, ਹੋਰ ਥਾਵਾਂ ਜਾ ਕੇ ਤੁਸੀਂ ਵਾਅਦੇ ਕਰੋ। ਇਹਨਾਂ ਦਾ ਝੂਠ ਅਤੇ ਨਾਲ ਰਾਜਨੀਤੀ ਕਰਨਾ ਇਹ ਸਾਫ਼ ਦਿਸ ਰਿਹਾ ਹੈਗਾ। ਮੈਂ ਦੁਨੀਆ ਦੇ ਲੋਕਾਂ, ਦੇਸ਼ ਦੇ ਲੋਕਾਂ ਨੂੰ ਕਹਿੰਦੇ, ਖਾਸ ਤੌਰ 'ਤੇ ਕਰਨਾਟਕ ਦੇ ਆਪਣੇ ਭਰਾਵਾਂ ਨੂੰ ਕਹਿੰਦੀ ਹਾਂ, ਪੰਜਾਬ 'ਚ ਆ ਕੇ ਦੇਖ ਲਓ ਕੀ ਹਾਲ ਹੈ, ਗਲਤੀ ਦੇ ਨਾਲ ਇਸ ਪਾਰਟੀ ਨਾਲ ਕਿਤੇ ਵੋਟ ਕਰ ਦਿਓ। ਜੇ ਝੂਠ ਦੀ ਬੁਨਿਆਦ ਦੇ ਨਾਲ ਆਪਣੀ ਸਰਕਾਰਾਂ ਬਣਾਉਂਦੇ ਨੇ ਅਤੇ ਲੋਕਾਂ ਨੂੰ ਤਬਾਹ ਕਰ ਦਿੰਦੇ। ਬੜੇ ਸ਼ਾਹਕੋਟ ਦੇ ਜਿਹੜੇ ਚੁਣਾਵ ਹੋ ਰਹੇ, ਉਹਦੇ ਜਿਹੜੇ ਕਾਂਗਰਸ ਦੇ ਕੈਂਡੀਡੇਟ ਆ, ਉਹਨਾਂ 'ਤੇ ਮਾਮਲਾ ਦਰਜ ਹੋਇਆ, ਮਾਈਨਿੰਗ ਦਾ ਮਾਮਲਾ ਦਰਜ ਹੋ ਗਿਆ ਜੀ। ਉਸ ਤੋਂ ਬਾਅਦ ਵੀ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਚੇਂਜ ਕੀਤਾ, ਉਹ ਹੀ ਕਰ ਰਹੇ। ਤੁਸੀਂ ਕੀ ਮੰਨਦੇ ਹੋ ਕਿ ਹੁਣ ਵੋਟਾਂ ਕਿਸ ਮੂਲ ਨਾਲ ਮੰਗਾ ਜਾਣਗੇ ਜੇ ਕਾਂਗਰਸ ਪਾਰਟੀ ਗੱਲ ਕਰੀਏ? ਦੇਖੋ, ਜਿਹੜੇ ਕੈਪਟਨ ਸਾਹਿਬ ਨੇ ਕੁਛ ਹਫ਼ਤੇ ਪਹਿਲੇ ਆਪਦੇ ਹੈਲੀਕਾਪਟਰ ਤੋਂ ਉੱਤੋਂ ਫੋਟੋ ਖਿੱਚ ਕੇ ਸੈਂਡ ਮਾਫੀਆ ਦੀ ਦਿਖਾਈ ਸੀ, ਤਾਂ ਕਹਿੰਦੇ ਬਿਲਕੁਲ ਮੈਂ ਖਤਮ ਕਰ ਦਾਂਗਾ ਸਰਕਾਰ ਆਉਣ ਸਾਰੀ। ਤਾਂ ਉਹਨਾਂ ਦੇ ਮੰਤਰੀ ਨੇ ਰੇਤਾਂ ਦੇ ਖੱਡਿਆਂ ਦੇ ਉੱਤੇ ਇਹ ਪਏ ਸੀਗੇ ਜਿਵੇਂ ਕਿਸੇ ਸ਼ੇਰ ਨੂੰ ਖੂਨ ਲੱਗਦਾ ਹੈ ਮੂੰਹ 'ਤੇ, ਅਤੇ ਆਪਦੇ ਨੌਕਰਾਂ ਦੇ ਰਾਹੀਂ ਕਰੋੜਾਂ ਦੇ ਨਾਲ ਨਿਲਾਮੀ 'ਚ ਉਹਨਾਂ ਨੇ ਪੈਸੇ ਭਰੇ। ਜਿਹੜਾ ਲਾਂਗਰੀ ਸੀਗਾ, ਜਿਹੜਾ ਚੌਕੀਦਾਰ ਸੀਗਾ, ਉਹ ਖੱਡਿਆਂ ਦੀ ਨਿਲਾਮੀ 'ਚ ਕਰੋੜਾਂ ਰੁਪਏ ਕਾਂਗਰਸ ਦੇ ਮੰਤਰੀ ਦੇ, ਜਿਹਦੇ ਕਰਕੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ। ਉਹਦੇ ਬਾਅਦ ਕੈਪਟਨ ਸਾਹਿਬ ਜਿਹੜੇ ਕਹਿੰਦੇ ਖਜ਼ਾਨਾ ਖਾਲੀ, ਖਜ਼ਾਨਾ ਖਜ਼ਾਨਾ ਤਾਂ ਖਾਲੀ ਹੋਣਾ ਹੀ ਹੈ ਜਦ ਖਜ਼ਾਨੇ ਦੇ ਪੈਸੇ ਇਹਨਾਂ ਦੇ ਮੰਤਰੀ ਲੁੱਟ ਰਹੇ ਨੇ।
ਹੁਣ ਦੇਖੋ ਕੈਂਡੀਡੇਟ ਇਹੋ ਜਿਹਾ ਅਤੇ ਇਸ ਕੈਂਡੀਡੇਟ ਦੇ ਖਿਲਾਫ ਵੀ ਤਾਂ ਕਰਕੇ ਐਫ ਆਈ ਆਰ ਹੋਇਆ ਕਿਉਂਕਿ ਚੋਣ ਕਮਿਸ਼ਨ ਨੇ ਹਿਦਾਇਤ ਦਿੱਤੀ, ਨਹੀਂ ਤਾਂ ਇਹਨਾਂ ਨੇ ਖੁਰਦ ਮੁਰਦ ਕਰਕੇ ਫਿਰ ਸਾਰਾ ਕੁਛ ਲੁਕੋ ਦੇਣਾ ਸੀ, ਜਿਵੇਂ 15 ਮਹੀਨੇ ਤੋਂ ਲੁਕੋ ਰਹੇ ਨੇ, ਕਿਉਂਕਿ ਚੋਣ ਕਮਿਸ਼ਨ ਨੇ ਇਹ ਕੰਪਲੇਂਟ ਦਿੱਤੀ ਅਤੇ ਉਹਦਾ ਮੈਂਡੇਟਰੀ ਹੁੰਦਾ 24 ਘੰਟਿਆਂ ਦੇ ਅੰਦਰ ਤੁਹਾਨੂੰ ਐਫ ਆਈ ਆਰ ਦਰਜ ਕਰਨਾ ਪੈਂਦਾ ਹੈ, ਅਤੇ ਵਿਚਾਰੇ SHO ਦੇ ਉੱਤੇ ਇਹੋ ਜਿਹਾ ਦਬਾਅ ਕਿ ਉਹਨੂੰ ਚੋਣ ਕਮਿਸ਼ਨ ਕਰਕੇ ਦਰਜ ਕਰਨਾ ਪਿਆ, ਉਹਦੇ ਬਾਅਦ ਡਰ ਦੇ ਮਾਰੇ ਉਹਨੇ ਆਪਣਾ ਅਸਤੀਫਾ ਦੇ ਤਾ, ਫਿਰ ਸਾਰੀ ਪੁਲਿਸ ਉਹਦੇ ਮਗਰ ਪਏ, ਉਹਦੇ ਉੱਤੇ ਪ੍ਰੈਸ਼ਰ ਪਾ ਕੇ ਉਹਦਾ ਅਸਤੀਫਾ ਵਾਪਸ ਕਰਾਇਆ, ਅਤੇ ਕਾਂਗਰਸ ਇਹ ਕਹਿਣ ਦੇ ਬਜਾਏ ਕਿ ਵੀ ਅਸੀਂ ਰੇਤਾ ਮਾਫੀਆ ਨੂੰ ਖਤਮ ਕਰਨਾ ਹੈ, ਲੋਕਾਂ ਦੇ ਪੈਸੇ ਖਜ਼ਾਨੇ 'ਚ ਜਾਣ, ਲੋਕਾਂ ਦਾ ਭਲਾ, ਸ਼ਰੇਆਮ ਇਹੋ ਜਿਹੇ ਬੰਦੇ ਨੂੰ ਜਿਹੜਾ ਰੇਤ ਮਾਫੀਆ ਕਰ ਰਿਹਾ ਹੈਗਾ, ਖੱਡੇ ਨਿਲਾਮੀ ਗਲਤ ਪੈਸੇ ਸੈਂਡ ਮਾਈਨਿੰਗ ਕਰ ਰਿਹਾ ਹੈਗਾ, ਉਹਨੂੰ ਟਿਕਟ ਦੇ ਨਾਲ ਨਵਾਜ਼ ਕੇ ਖੜਾ ਕੀਤਾ ਜਾ ਰਿਹਾ ਤਾਂ ਕਿ ਸ਼ਰੇਆਮ ਖੁੱਲ੍ਹੇ ਨਾਲ ਸਾਰੇ ਜਣੇ ਕਰਨ ਤੋਂ ਹੋਰੇ ਆਪਣੀ ਜੇਬਾਂ ਭਰਨ। ਸੋ ਇਹ ਇਹਨਾਂ ਦੀ ਕਰਪਸ਼ਨ ਦਾ ਇੱਕ ਸੰਕੇਤ ਹੈਗਾ ਅਤੇ ਬਿਲਕੁਲ ਕਲੀਅਰ ਹੈਗਾ ਕਿ ਦਿਸ ਇਜ਼ ਦਾ ਮੋਸਟ ਕਰਪਟ ਪਾਰਟੀ, ਲੋਕਾਂ ਨੂੰ ਖਜ਼ਾਨਾ ਖਾਲੀ ਕਹਿ ਕੇ ਲੋਕਾਂ ਦਾ ਪੈਸੇ ਖਾ ਖਾ ਕੇ ਆਪਣੇ ਢਿੱਡ ਭਰੀ ਗਈ। One last question. Insistence of Nishri Nitin Gadkari ji, Union government is proposing to provide a special package of 13,600 crores to arrest the Bidens distress. As you are the part of that government as well, Punjab is also similarly facing the Bidens distress. Will you also make some point, push for that point, that it should be provided to the Punjab as well? What should be provided? Special package of 13,600 crore for agrarian distress. What will be the share of the I think anything that is provided to Punjab, which is being provided, as you can see, that they are busy eating up that money rather than taking it to the people who it belongs to. Every year the money comes from the central government, 42% of the central share is distributed in the states. It comes to Punjab government's treasury as well. But whatever has come from last year to this year, twice from the central government, the central funds have come here. Mulazims are not getting their money. On top of this, additional taxes on mulazims, which is something new, never heard of. Welfare schemes, people's pensions have been cut, their Atta Dal has been cut, their Shagan scheme has been cut, not a single development work is taking place. So the money which is being sent from the center, where is it going? Because they are saying khajana khali. And all that people are playing in their bijli bills, in their water bills, in that CLU and all the other things which take place, all that money is also going to the khajana. But the government is saying khajana khali, not giving people anything. So whether this comes or anything else comes, it is clear what Congress leaders are doing. The question was, is there any clarity? Is there any clarity out of the 13,000 crore, 13,600 crore, how much the Punjab will be getting? Punjab should first fulfill its own promises before it can demand anything else. Punjab said they are, when they want to take out the Chon manifesto, which said, Kisan ka har ek karza, every kind of karza will be maaf. In 1 year they have not done that. How are we paying? Now they are busy putting, increasing the rates of bijli. They are busy putting on, they said that they would reduce of commercial rates. They have increased that, everything. How are we, why are we doing it for 10 years? And how has the khajana got, how has it got khajana khali in 1 year? In these 10 years. If this government cannot earn any income after 1 year also, they are not fit to be given anything. Why the debt was not waived off in the 10 years?